ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਬਾਈ ਜੀਦੀਪ। ਜਿੰਨੇ ਵੀ ਮੇਰੇ ਪੋਇਟਰੀ ਵਾਲੇ, ਮੇਰੇ ਯਾਰ ਦੋਸਤ, ਮੇਰੇ ਫੈਮਿਲੀ ਮੈਂਬਰ, ਜਿੰਨੇ ਵੀ ਸਾਰੇ ਮੇਰੀ ਫੈਮਿਲੀ ਹੋ, ਮੈਂ ਸਾਰਿਆਂ ਨੂੰ ਫੈਮਿਲੀ ਕਹਿੰਦਾ। ਜਿੰਨੇ ਵੀ ਫੈਨ ਸਾਰੇ ਪਿਆਰ ਕਰ ਰਹੇ ਨੇ ਜੀ ਸਾਡੀ ਪੋਇਟਰੀ ਨੂੰ। ਸੋਰੀ ਮੈਂ ਥੋੜ੍ਹਾ ਜਿਹਾ ਡਿਲੇ ਹੋ ਗਿਆ ਹਫ਼ਤਾ ਕੁ, ਹਿੱਕ ਵਿੱਚ ਜ਼ੋਰ ਦੀ ਬਹੁਤ ਮਿਕਸਿੰਗ ਮਾਸਟਰਿੰਗ ਚੱਲ ਰਹੀ ਆ ਰਹੀ ਹੈ ਜਲਦੀ, ਪਰ ਪੋਇਟਰੀ ਨੂੰ ਆਪਾਂ ਜ਼ਿੰਦਾਬਾਦ ਰੱਖਾਂਗੇ, ਕਿਉਂਕਿ ਨਹੀਂ ਮੇਰੀਆਂ ਰੁੜ ਜਾਣੀਆਂ ਸੀਗੀਆਂ ਕਿਤਾਬਾਂ 'ਚ ਜਿਹੜੀਆਂ ਲਿਖੀਆਂ ਹੋਈਆਂ ਸੀਗੀਆਂ। ਅਤੇ ਆਹ ਗੱਲਾਂ ਘੱਟ, ਉਹ ਗੱਲਾਂ ਜ਼ਿਆਦਾ। ਉਮੀਦ ਕਰਦਾ ਤੁਹਾਨੂੰ ਅਗਲਾ ਸ਼ੇਰ ਜੋ ਮੈਂ ਲਿਖਿਆ ਪਸੰਦ ਆਊਗਾ। ਡੈਡੀਕੇਟਡ ਟੂ ਜਿੰਨੇ ਵੀ ਸਟਰਗਲਰ ਉਰੇ ਹੈਗੇ ਨੇ, ਹੋਪ ਤੁਹਾਡੀ ਮੰਜ਼ਿਲ ਲੱਭ ਜਾਵੇ ਤੁਹਾਨੂੰ। ਬੋਲਿਆਂ ਨੂੰ ਸੁਣ ਜਾਵੇ, ਅੰਨਿਆਂ ਨੂੰ ਦਿਸ ਜਾਵੇ, ਇਹ ਜ਼ਿੰਦਗੀ ਦੋਵਾਂ ਲਈ ਖੂਬਸੂਰਤ ਹੋ ਜਾਊ। ਪੁੱਤ ਮਾਂ ਦਾ ਮੁੜ ਆਵੇ, ਗਰੀਬ ਦੀ ਭੁੱਖ ਮਿਟ ਜਾਵੇ, ਤਾਂ ਪੂਰੀ ਦੋਵਾਂ ਦੀ ਬਈ ਜ਼ਰੂਰਤ ਹੋ ਜਾਊ। ਕਮੀਆਂ ਦੇ ਵੇਲੇ ਸੂਰਜ ਚੜ੍ਹਦਾ ਰਹੇ, ਹੱਕ ਲਈ ਆਦਮੀ ਇੱਥੇ ਲੜਦਾ ਰਹੇ। ਜੈ ਹੋਵੇ ਸ਼ਿਵ ਕੁਮਾਰ ਬਟਾਲਵੀ ਸਾਹਿਬ ਦੀ, ਜਿਹਨਾਂ ਦਾ ਮੈਂ ਬਹੁਤ ਬੜਾ ਫੈਨ ਹਾਂ। ਤੂੰ ਮੰਗਦਾ ਰਹੀ ਮਸੂਰ ਜਾ ਕਮੀਆਂ ਦੇ ਵੇਲੇ, ਉੱਥੋਂ ਲੈਣਾ ਹੀ ਹੈ ਜੀ ਇਹ। ਹੋ ਕਮੀਆਂ ਦੇ ਵੇਲੇ ਸੂਰਜ ਚੜ੍ਹਦਾ ਰਹੇ, ਹੱਕ ਲਈ ਆਦਮੀ ਇੱਥੇ ਲੜਦਾ ਰਹੇ। ਜੋ ਰੱਬ ਨੂੰ ਗਾਲ ਕੱਢੇ, ਜੀ ਦੇ ਨਿਤ ਨਵੇਂ ਅੱਡੇ, ਉਹ ਦਰ ਦਰ ਭਟਕਦਾ ਕੋਈ ਉਹ ਮੂਰਖ ਹੋ ਜਾਊ। ਬੋਲਿਆਂ ਨੂੰ ਸੁਣ ਜਾਵੇ, ਅੰਨਿਆਂ ਨੂੰ ਦਿਸ ਜਾਵੇ, ਤਾਂ ਜ਼ਿੰਦਗੀ ਦੋਵਾਂ ਲਈ ਖੂਬਸੂਰਤ ਹੋ ਜਾਊ। ਹੁਣ ਮੇਰੇ ਪਰਦੇਸੀ ਵੀਰਾਂ ਲਈ, ਜਿਹੜੇ ਮੈਨੂੰ ਬਹੁਤ ਪਿਆਰ ਕਰਦੇ ਨੇ ਜੀ, ਕਿਉਂਕਿ ਮੈਂ ਵੀ ਪਰਦੇਸੀ ਹਾਂ, ਮੈਂ ਵੀ ਅਮੈਰੀਕਾ ਦੇ ਵਿੱਚ ਆਇਆ ਸੀਗਾ। ਸੋ ਇੱਕ ਮੇਰੇ ਵੀਰ ਦੀ ਕਹਾਣੀ ਸੀਗੀ, ਮੈਂ ਥੋੜ੍ਹੀ ਜਿਹੀ ਸਿੰਗਾਰੀ ਇਹਦੇ ਵਿੱਚ ਵੀ। ਤਨਖਾਵਾਂ ਵੱਧਦੀਆਂ ਨਾ, ਢਿੱਡ ਭਰਨੇ ਔਖੇ ਨੇ, ਪੰਛੀ ਉੱਡਣ ਪਿੰਜਰੇ ਚੋਂ ਤਾਂ ਫੜਨੇ ਔਖੇ ਨੇ, ਮੰਜੀ ਉੱਡਣ ਪਿੰਜਰੇ ਚੋਂ ਤਾਂ ਫੜਨੇ ਔਖੇ ਨੇ। ਫਸੇ ਵਿੱਚ ਸਰਹੱਦਾਂ ਜੋ ਉਹੀ ਦੱਸ ਸਕਦੇ ਨੇ, ਫਸੇ ਵਿੱਚ ਸਰਹੱਦਾਂ ਜੋ ਉਹੀ ਦੱਸ ਸਕਦੇ ਨੇ। ਦੇਸ਼ ਛੱਡਣ ਮਗਰੋਂ ਜ਼ਿੰਦਗੀ ਬਹੀ ਕੂੜਤ ਹੋ ਜਾਊ। ਬੋਲਿਆਂ ਨੂੰ ਸੁਣ ਜਾਵੇ, ਅੰਨਿਆਂ ਨੂੰ ਦਿਸ ਜਾਵੇ, ਤਾਂ ਜ਼ਿੰਦਗੀ ਦੋਵਾਂ ਲਈ ਖੂਬਸੂਰਤ ਹੋ ਜਾਊ। ਅਸੀਂ ਜੀ ਕੁਛ ਸਿਖਾ ਨਹੀਂ ਰਹੇ ਹੈਗੇ, ਪਰ ਬਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ। ਕੁਛ ਜੋ ਸਾਈਂ ਜੀ ਲਿਖਾ ਦਿੰਦੇ ਨੇ ਮੈਂ ਲਿਖ ਦਿੰਦਾ। ਸੋ ਇੱਕ, ਤੂੰ ਕੌਣ ਏ ਗਗਨਾ ਜੋ ਸਲਾਹਾਂ ਦਿੰਨਾ ਏ, ਦਿਲ ਅੰਦਰ ਚਾਤੀ ਮਾਰ ਦੱਸ ਸੱਚਾ ਕਿੰਨਾ ਏ, ਮਨ ਅੰਦਰ ਚਾਕੀ ਮਾਰ ਦੱਸ ਸੱਚਾ ਕਿੰਨਾ ਏ। ਸਾਈਂ ਸਾਈਂ ਤੂੰ ਕਰਦੈ ਨਾਲੇ ਮੌਤੋਂ ਵੀ ਡਰਦੈ, ਦਾਤਾ ਦਾਤਾ ਤੂੰ ਕਰਦੈ ਨਾਲੇ ਮੌਤੋਂ ਵੀ ਡਰਦੈ, ਸਭ ਛੱਡ ਜਾਣਾ ਇੱਥੇ ਜਿੰਦੜੀ ਪੂਰਤ ਹੋ ਜਾਊ। ਬੋਲਿਆਂ ਨੂੰ ਸੁਣ ਜਾਵੇ, ਅੰਨਿਆਂ ਨੂੰ ਦਿਸ ਜਾਵੇ, ਤਾਂ ਜ਼ਿੰਦਗੀ ਦੋਵਾਂ ਲਈ ਖੂਬਸੂਰਤ ਹੋ ਜਾਊ। ਪੁੱਤ ਮਾਂ ਦਾ ਮੁੜ ਆਵੇ, ਗਰੀਬ ਦੀ ਭੁੱਖ ਮਿਟ ਜਾਵੇ, ਤਾਂ ਪੂਰੀ ਦੋਵਾਂ ਦੀ ਬਈ ਜ਼ਰੂਰਤ ਹੋ ਜਾਊ। ਜੈ ਹੋਵੇ ਜੀ। ਉਮੀਦ ਕਰਦਾ ਤੁਹਾਨੂੰ ਪਸੰਦ ਆਇਆ। ਅਗਲਾ ਸ਼ੇਰ ਹੋਰ ਲੈ ਕੇ ਆਉਂਦੇ ਹਾਂ। ਸ਼ੇਅਰ ਕਰੋ ਆਪਣੇ ਫਰੈਂਡਸ ਦੇ ਨਾਲ। ਤੁਹਾਡੀ ਕੋਈ ਸ਼ੇਰੋ ਸ਼ਾਇਰੀ ਜੇ ਤੁਸੀਂ ਲਿਖਦੇ ਹਾਂ, ਪਲੀਜ਼ ਮੈਨੂੰ ਭੇਜੋ। ਮੈਨੂੰ ਸੁਣਾਉਣ ਦਾ ਅਤੇ ਮੈਨੂੰ ਸੁਣਨ ਦਾ ਬਹੁਤ ਸ਼ੌਂਕ ਹੈ। ਹਿੱਕ ਵਿੱਚ ਜ਼ੋਰ ਵੀ ਆ ਰਹੀ ਹੈ ਬਹੁਤ ਜਲਦੀ, ਉਹ 'ਚ ਵੀ ਬਹੁਤ ਚੀਜ਼ਾਂ ਤੁਹਾਨੂੰ ਮਿਲਣਗੀਆਂ। ਥੈਂਕ ਯੂ ਵੈਰੀ ਮੱਚ। 4 ਨੰਬਰ ਜਲਦੀ ਲੈ ਕੇ ਆਉਂਦਾ।